Namaskar Honorable Prime Minister sir my name is Jovita Patra and i am a student of class 10th of Jawahar Navodaya Vidyalaya Gurugram Haryana it's my privilege and great honor to participate in the pariksha pe Chirja 2023 Honorable Prime Minister sir my question to you is being an average student how can i focus on my studies स्टूडेंट, आपसे एग्जाम कैसे बेहतर करें इसके बारे में आपसे मार्गदर्शन चाहते हैं कृपया उनका मार्गदर्शन करें माननीय प्रधानमंत्री जी सभी तो मैं बधाई दाना जो पता है जो औसत दर्जे के विद्यार्थी हो ਨੇ ਤੇ ਮਤੇ ਸਾਰੇ ਲੋਕ ਐਸੇ ਹੁੰਦਿੰ ਜਿਹੜੇ ਔਸਤ ਦਰਜੇਸ਼ਾਂ ਈ ਠੁੰਦਨ ਪਰ ਆਪਣੇ ਆਪੇ ਕੇ ਵੱਡਾ 30 ਮਾਰ ਖਾਂ ਸਮਝਦਿੰ ਤੇ ਮੈਂ ਤਾਂ ਸਭਨੇਸ਼ਾ ਪਹਿਲੇ ਤੁਸੇਂ ਕੀ ਤੇ ਤੁੰਦੇ ਮਾਤਾ ਪਿਤਾ ਔਰ ਿੰਕੀ ਵੀ ਬਿਬਦਾਈ ਦਿਨਨਾ ਇੱਕ ਬਾਰੇ ਤੁਸੇ ਇਸ ਸੱਚ ਕੀ ਸਵੀਕਾਰ ਕਰੀ ਲੇਤਾ ਜੇ ਆਹ ਭਾਈ ਮੇਰੀ ਇੱਕ ਸਮਰਥ ਹੈ ਇਹ ਮੇਰੀ ਸਥਿਤੀ ਹੈ ਮਿਗੀਉਨੇ ਦੇ ਅਨੁਕੂਲ ਚੀਜਾਂ ਕੀ ਤੁਪਨਾ ਹੋਗਾ ਮੇਗੀ ਕੋਈ ਵੱਡਾ ਤੀਸ ਮਾਰਖਾ ਬਨਨੇ ਦੀ ਲੋੜ ਨਹੀਂ ਹੈ ਅਸ ਆਪਣੀ ਸਮਰਥ ਵੀ ਜਿਸ ਦਿਨ ਜਾਣਨੇ ਆ ਤਾਂ ਅਸ ਸਭਨੇਸ਼ਾ ਵੱਡੇ ਸਮਰਥਸ਼ਾਲੀ ਬਣੀ ਜੰਨੇ ਆ ਜਿਹੜੇ ਲੋਕ ਆਪਣੀ ਸਮਰਥ ਕੀ ਨਹੀਂ ਜਾਣਦੇ ਉਹਨੇ ਕੀ ਸਮਰਥਸ਼ਾਲੀ ਬਨਣੇ ਚ ਕਈ ਰੁਕਾਵਟਾਂ ਪੇਸ਼ ਆਂਦੀਆਂ ਇਸ ਕਰੀਏ ਇਸ ਸਥਿਤੀ ਕੀ ਜਾਣਨਾ ਇਹ ਆਪਣੇ ਆਪ ਹੈ ਚ ਈਸ਼ਵਰ ਨੇ ਤੁਸੇ ਕੀ ਸ਼ਕਤੀ ਦਿੱਤੀ ਦੀ ਹੈ ਤੁੰਦੇ ਅਧਿਆਪਕ ਨੇ ਸ਼ਕਤੀ ਦਿੱਤੀ ਦੀ ਹੈ ਤੁੰਦੇ ਪਰਿਵਾਰ ਨੇ ਸ਼ਕਤੀ ਦਿੱਤੀ ਦੀ ਹੈ ਤੇ ਮੈਂ ਤੇ ਚਾਹੰਗ ਹਰ ਮਾਤਾ ਪਿਤਾ ਥਮਾ ਜੇ ਤੁਸ ਬੱਚੇ ਦਾ ਸਹੀ ਮੁਲਿਆंकन ਕਰੋ ਉਹਨਾਂ ਦੇ ਅੰਦਰ ਇਹ ਇਨ ਪਾਵਨਾ ਪੈਦਾ ਕਿ ਨਹੀਂ ਹੁੰਦੀ ਉਹ ਪਰ ਸਹੀ ਮੁਲਿਆंकन ਕਰੋ ਕਦੇ ਕਦੇ ਤੁਸ ਲੋਕ ਉਸ ਦੀ ਕੋਈ ਬੜੀ ਵੱਡੀ ਮਹਿੰਗੀ ਚੀਜ਼ ਅਨ ਨਹੀਂ ਹੈ ਤਉ ਉਸ ਕੀ ਆਰਾਮ ਕਰਨੇ ਆਖੋ ਜੇ ਪਈ ਆਪਣੇ ਘਰ ਦੀ ਨਹੀਂ ਤਾਕਤ ਨਹੀਂ ਹੈ ਇਹ ਚੀਜ਼ ਨਹੀਂ ਆ ਨਹੀਂ ਸਕਗੇ ਐਸਾ ਕਰੋ ਦੋ ਬਰੇ ਬਲਗੀ ਲਾਓ ਤਾਂ ਇਹਦੇ ਚ ਕਿਸ਼ਮਾੜਾ ਨਹੀਂ ਹੈ ਜੇਕਰ ਤ ਉਸ ਕਰ ਦੇ ਅਲਾਦ ਦੇ ਸਰਬੰਧਾ ਚ ਬੱਚੇ ਕੰਨੇ ਗੱਲਬਾਤ ਕਰਦੇ ਹੋ ਤਾਂ ਇਹਦੇ ਚ ਕਿਸ਼ਮਾੜਾ ਨਹੀਂ ਹੈ ਤੇ ਇਸ ਕਰੀ ਹੈ ਆਸਿਕ ਆਮ ਸਤਰ ਦੇ ਵਿਅਕਤੀ ਆ ਤੇ ਮਤੇ ਸਾਰੇ ਲੋਕ ਸਮਾਨਯ ਸਤਰ ਦੇ ਗੈਉਂਦਨ ਜੀ ਗੈਰ ਮਮੂਲੀ ਬੜੇ ਘੱਟ ਲੋਕ ਹੁੰਦਨ ਪਰ ਸਾਧਾਰਨ ਲੋਕ ਆਮ ਕੰਮ ਕਰਦੇ ਨੇ ਤੇ ਜਿਸਲੇ ਆਮ ਲੋਕ ਗੈਰ ਮਾਮੂਲੀ ਕੰਮ ਕਰਦੇ ਨੇ ਤਾਂ ਉਹ ਵੱਡੀ ਉਚਾਈ ਪਰ ਪੁੱਜ ਜਾਂਦੇ ਨੇ ਔਸਤ ਦੇ ਮਾਣਦੰਡ ਕੀ ਤਰੂੜੀਏ ਅੱਗੇ ਨਿਕਲੀ ਜਾਂਦੇ ਨੇ ਤੇ ਇਸ ਕਰੀਏ ਅਸਾਂ ਕੀ ਕਦੇ ਵੀ ਇਹ ਸੋਚਣਾ ਦੁਨੀਆਂ ਚੋਂ ਤੁਸੀਂ ਦੇਖੋ ਮਤੇ ਸਾਰੇ ਲੋਕ ਜਿਹੜੇ ਕਾਮਯਾਬ ਹੋਇਨ ਉਹ ਕੀ ਨਾ ਉਹ ਕੁਸੇ ਜਮਾਨੇ ਚ ਆਮ ਲੋਕ ਹੈ ਤੇ ਆਮ ਕੰਮ ਕਰਦੇ ਹੈ ਬੜੇ ਬੜੇ ਨਤੀਜੇ ਲੈ ਕੇ ਆਏ ਨਾ ਹੁਣ ਤੁਸੀਂ ਦੇਖਿਆ ਹੋਗਾ ਜੇ ਇਹਨੇ ਦਿਨੇ ਦੁਨੀਆ ਚ ਪੂਰੀ ਦੁਨੀਆ ਦੇ ਆਰਥਿਕਲਾ ਦੀ ਚਰਚਾ ਹੋਆ ਕਰਦੀ ਹੈ ਕਿਹੜਾ ਮੁਲਕ ਕਿੰਨਾ ਅੱਗੇ ਹੈ ਕੋਦੇ ਆਰਥਿਕਲਾਤ ਕਨੇਨ ਤੇ ਕਰੋਨਾ ਦੇ ਬਾਅਦ ਤੇ ਇਹ ਵੱਡਾ ਮਾਣਦੰਡ ਬਣ ਗਿਆ ਤੇ ਐਸਾ ਤੇ ਨਹੀਂ ਹੈ ਜੇ ਦੁਨੀਆ ਦੇ ਕੋਲ ਅਰਥਸ਼ਾਸਤਰੀਆਂ ਦੀ ਕ ਵੱਡੇ ਵੱਡੇ ਨੋਬਲ ਪੁਰਸਕਾਰ ਵਿਜੇਤਾ ਨਾ ਜਿਹੜੇ ਮਾਰਗਦਰਸ਼ਨ ਕਰイ ਸਕਦੇ ਨਾ ਜੇ ਐਸਾ ਕਰਨਾ ਆਰਥਿਕਲਾਤ ਕੈਸੀ ਹੋਉਣਗਨ ਐਸਾ ਕਰਨੇ ਕਰਨੇ ਐਸੀ ਸਥਿਤੀ ਕੈਸੀ ਹੋਗ ਕੋਈ ਕਮੀ ਨਹੀਂ ਹੈ ਗਿਆਨ ਦਾ ਪ੍ਰਵਾਹ ਵੰਡਣੇ ਵਾਲੇ ਤੇ ਹਰ ਗਲੀ ਮੱਲੇ ਚ ਅੱਜਕੱਲ ਉਪਲਬਧ ਨੇ ਤੇ ਕਿਸ ਵਿਦਵਾਨ ਵੀ ਉਪਲਬਧ ਨੇ ਜਿਨੇ ਮਤਾ ਕਿਸ ਕੀਤਾ ਪਰ ਅਸੇ ਦਿਖਿਆ ਜੇ ਭਾਰਤ ਅੱਜ ਦੁਨੀਆ ਚ ਆਰਥਿਕ ਜਿਹੜਾ ਤੁਲਨਾਤਮਕ ਹੋਆ ਕਰਦਾ ਹੈ ਭਾਰਤ ਕੀ ਇੱਕ ਮੇਧ ਦੀ ਕਿਰਨ ਦੇ ਰੂਪ ਚ ਦਿਖਿਆ ਜਾ ਕਰਤਾ ਤੁਸੀਂ ਦੋਂ ਤਰੋਂ ਬਰੇ ਪਹਿਲੇ ਦਿਖਿਆ ਹੋਗਾ ਸਾਡੀ ਸਰਕਾਰ ਦੇ ਸਰਬੰਧਿਆ ਚ ਇਹ ਲਿਖਿਆ ਜਾਂਦਾ ਹੈ ਜੇ ਇੰਦੇ ਕਾਸ਼ ਕੋਈ ਅਰਥ ਸ਼ਾਸਤਰੀ ਨਹੀਂ ਹੈ ਸਭੇ ਔਸਤ ਦਰਜੇ ਦੇ ਲੋਕ ਨੂੰ ਪ੍ਰਧਾਨ ਮੰਤਰੀ ਕੀ ਵੀ ਅਰਥ ਵਿਵਸਥਾ ਦਾ ਕੋਈ ਗਿਆਨ ਨਹੀਂ ਇਆਂ ਲਿਖਿਆ ਜਾਂਦਾ ਹੈ ਤੁਸ ਪਰਦੇ ਹੈ ਜਾਂ ਨਹੀਂ ਪਰਦੇ ਹੀ ਨਹੀਂ ਅ ਪਰ ਅੱਜ ਦੁਨੀਆ ਚ ਉਹੇ ਮੁਲਖ ਜਿਸ ਕੀ ਔਸਤ ਦਰਜੇ ਦਾ ਆਖਿਆ ਜਾਂਦਾ ਹ ਉਹ ਮੁਲਖ ਅੱਜ ਦੁਨੀਆ ਪਰ ਅੱਜ ਚਮਕਾ ਕਰਦਾ ਹੈ ਦੋਸਤੋ ਤੇ ਇਸ ਕਰੀਏ ਇਸ ਦਬਾਅ ਚ ਨਹੀਂ ਰਵੋ ਦੋਸਤੋ ਜੇ ਤੂੰs ਗੈਰ ਮਾਮੂਲੀ ਨਹੀਂ ਹੋ ਤੇ ਦੂਈ ਗੱਲ ਤੂੰ ਔਸਤ ਦਰਜੇ ਦੇ ਬੀ ਹੋਗੇ ਤੁੰਦੇ ਅੰਦਰ ਕਿਸ਼ਨਾਕਿਸ਼ ਤੇ ਗੈਰ ਮਾਮੂਲੀ ਯੋਗ ਹੈ ਤੇ ਜਿਹੜੇ ਗੈਰ ਮਾਮੂਲੀ ਨਾ ਉਹਦੇ ਅੰਦਰ ਵੀ ਕਿਸ਼ਨਾਕਿਸ਼ ਮਾਮੂਲੀ ਯੋਗ ਹਰ ਕੋਸਾ ਕੀ ਪ੍ਰਮਾਤਮਾ ਨੇ ਇੱਕ ਅਨੋਖੀ ਸਮਰਥ ਦਿੱਤੀ ਦੀ ਹੁੰਦੀ ਹੈ ਅਸ ਤੁਸੇਂ ਕੀ ਉਸੇ ਪਛਾਣ ਹੈ ਉਸ ਕੀ ਐਲ ਪਾਨੀ ਦੇਣਾ ਤੁਸ ਬੜੀ ਤੇਜ਼ੀ ਕੰਨੇ ਅੱਗੇ ਨਿਕਲੀ ਜਾਗੇ ਇਹ ਮੇਰਾ ਵਿਸ਼ਵਾਸ ਹੈ। ਧੰਨਵਾਦ।